ਜਸਟਿਸ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਬਠਿੰਡਾ ਲੋਕ ਸਭਾ ਹਲਕਾ ਸਭ ਤੋਂ ਗਰਮ ਹਲਕਾ, ਸਿਆਸੀ ਪਾਰਾ ਇੱਥੇ ਦਿਨੋ ਦਿਨ ਤਪ ਰਿਹਾ ਹੈਗਾ ਅਤੇ ਹਰਸਿਮਰਤ ਕੌਰ ਬਾਦਲ ਇੱਥੇ ਮੌਜੂਦ ਹੈ, MP ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ, ਉਹ ਇਸ ਵਕਤ ਸਾਡੇ ਮੌਜੂਦ ਹੈਗੇ। ਹਰਸਿਮਰਤ ਕੌਰ ਬਾਦਲ ਜੀ, ਬਹੁਤ ਸਵਾਗਤ ਤੁਹਾਡਾ। ਮੁਸ਼ਕਿਲ ਚੁਣੌਤੀ ਹੈ ਬਹੁਤ ਇਸ ਵਾਰ ਪਿਛਲੀ ਵਾਰ ਦੇ ਨਾਲ? ਬਿਲਕੁਲ ਵੀ ਨਹੀਂ। ਤੁਸੀਂ ਮੁਸ਼ਕਿਲ ਚੁਣੌਤੀ ਕਿਉਂ ਨਹੀਂ ਮੰਨਦੇ? ਕਿਉਂਕਿ ਲਗਾਤਾਰ ਇਹਨਾਂ ਦੇ ਵਜ਼ੀਰ ਭੱਜ ਗਏ ਇੱਥੇ ਇਲੈਕਸ਼ਨ ਲੜਨ ਤੋਂ। ਮੈਂ ਤਾਂ ਕੈਪਟਨ ਸਾਹਿਬ ਨੂੰ ਵੀ ਚੁਣੌਤੀ ਦਿੱਤੀ ਸੀ, ਨਾ ਉਹ ਆਏ, ਨਾ ਉਹਨਾਂ ਦੇ ਵਿੱਤ ਮੰਤਰੀ ਆਏ, ਨਾ ਸਿੱਧੂ ਸਾਹਿਬ ਆਏ, ਕੋਈ ਆਉਣ ਨੂੰ ਤਿਆਰ ਨਹੀਂ ਸੀਗਾ। ਅਤੇ ਚੁਣੌਤੀ ਕਿਹੜੀ ਹੈ? ਪਿਛਲੀ ਵਾਰੀ 4 ਪਾਰਟੀਆਂ ਦਾ ਸਹਾਰਾ ਲੈ ਕੇ ਇਹ ਵਿੱਤ ਮੰਤਰੀ ਨੂੰ ਖੜਾ ਕੀਤਾ ਸੀ, ਫਿਰ ਵੀ ਹਾਰ ਗਏ, ਅਤੇ ਹੁਣ ਇਸ ਵਾਰੀ ਕੋਈ ਆਉਣ ਨੂੰ ਹੀ ਨਹੀਂ ਤਿਆਰ ਸੀ। ਤੁਸੀਂ ਕਿਹੜੇ ਵੋਟ ਬੈਂਕ 'ਤੇ ਕੰਸਿਡਰ ਕਰਦੇ ਪਏ ਹੋ? ਇਹ ਵੋਟ ਬੈਂਕ ਦੀ ਰਾਜਨੀਤੀ ਕਾਂਗਰਸ ਦੀ ਹੈਗੀ, ਧਰਮ ਦੀ, ਵੋਟ ਬੈਂਕ ਦੀ, ਪਾੜੋ ਅਤੇ ਰਾਜ ਕਰੋ, ਇਹ ਇਹਨਾਂ ਦੀ ਨੀਤੀ ਹੈ। ਸਾਡੀ ਏਜੰਡਾ ਸਿਰਫ ਕਲੀਅਰ ਹੈਗਾ, ਉਹ ਸਾਂਝਾ ਵਿਕਾਸ, ਸਾਂਝੀ ਤਰੱਕੀ, ਹਰੇਕ ਦਾ ਵਿਕਾਸ, ਹਰੇਕ ਦੀ ਤਰੱਕੀ। ਸੋ ਕੋਈ ਵੋਟ ਬੈਂਕ ਪੋਲੀਟਿਕਸ ਸਾਡੀ ਰਾਜਨੀਤੀ ਨਹੀਂ, ਇਹ ਕਾਂਗਰਸ ਦੀ। ਤੁਹਾਨੂੰ ਇਉਂ ਨਹੀਂ ਲੱਗਦਾ ਕਿ ਜਿਹੜੇ ਵਿਕਾਸ ਦਾ ਤੁਸੀਂ ਦਾਅਵਾ ਕਰਦੇ ਪਏ ਹੋ, ਉਸ ਦਾਅਵੇ ਦੇ ਉੱਤੇ ਬੇਅਦਬੀ ਦਾ ਮੁੱਦਾ ਭਾਰੂ ਕਰ ਦਿੱਤਾ ਗਿਆ? ਹਾਂ, ਕਾਂਗਰਸ ਨੇ ਕੋਸ਼ਿਸ਼ ਬਥੇਰੀ ਕੀਤੀ, ਲੇਕਿਨ ਕੱਲ੍ਹ ਵੀ ਬੇਅਦਬੀ ਹੋਈ, 80 ਬੇਅਦਬੀਆਂ 2 ਸਾਲਾਂ 'ਚ ਹੋ ਚੁੱਕੀਆਂ ਨੇ, ਕੀ ਨਿਕਲਿਆ? ਇੱਕ ਸਿਆਸੀ ਮੁੱਦਾ ਬਣਾ ਕੇ ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਸਾਹਿਬ ਝੂਠੀ ਸੌਂਹ ਗੁਟਕਾ ਸਾਹਿਬ ਅਤੇ ਦਸਮ ਗੁਰੂ ਦੇ ਨਾਂ 'ਤੇ ਖੁਦ ਖਾ ਗਏ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ। ਜਿਸ ਕਾਂਗਰਸ ਪਾਰਟੀ ਦਾ ਪਿਛੋਕੜ ਹੈ ਕਿ ਟੈਂਕਾਂ ਤੋਪਾਂ ਦਾ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਕੇ ਹਜ਼ਾਰਾਂ ਬੀੜਾਂ ਦੀ ਬੇਅਦਬੀ, ਇਸ ਤੋਂ ਵੱਡੀ ਕੋਈ ਬੇਅਦਬੀ ਹੋ ਸਕਦੀ ਹੈ? ਉਹ ਤਾਂ ਕਹਿੰਦੇ ਸਾਡੇ ਰਾਜ ਦੇ ਵਿੱਚ 2 ਸਾਲ ਦੇ ਵਿੱਚ ਕੁਛ ਨਹੀਂ ਹੋਇਆ। ਮੈਂ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਸਵਾਲ ਕੀਤਾ ਸੀ। ਹਾਂ, ਤਾਂ ਤੁਹਾਨੂੰ ਫਿਰ ਮੈਂ ਡਿਟੇਲ ਉਹਨਾਂ ਦੀ ਕਹੋ ਕਿ ਜਿਹੜੀ ਕਮਿਸ਼ਨ ਉਹਨਾਂ ਨੇ ਬਿਠਾਈ ਸੀ ਨਾ, ਇਹ ਜਿਹੜੀ ਰਣਜੀਤ ਸਿੰਘ ਕਮਿਸ਼ਨ, ਉਹਦੀ ਰਿਪੋਰਟ ਪੜ੍ਹ ਲੈਣ। 80 ਬੇਅਦਬੀਆਂ ਹੋਈਆਂ, ਪਰਸੋਂ ਵੀ ਹੋ ਕੇ ਉੱਠੀ, ਸ਼ਾਇਦ ਵੜਿੰਗ ਸਾਹਿਬ ਨੂੰ ਨਹੀਂ ਪਤਾ ਹੋਗਾ, ਕਿਉਂਕਿ ਜਦ ਆਪਣੇ ਅੰਦਰ ਝਾਤੀ ਮਾਰਨੀ ਹੁੰਦੀ ਤਾਂ ਇਹਨਾਂ ਦੇ ਅੱਖਾਂ 'ਤੇ ਧੂਲ ਪੈ ਜਾਂਦੀ ਹੈ। ਇੱਕ ਹਰਸਿਮਰਤ ਜੀ, ਡੇਰੇ ਬਾਰੇ ਤੁਸੀਂ ਆਪਣਾ ਕਲੀਅਰ ਕਰੋ ਕਿ ਡੇਰੇ ਦਾ ਵੋਟ ਤੁਹਾਨੂੰ ਚਾਹੀਦਾ? ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਕਿਸੇ ਕਮਿਊਨਿਟੀ, ਕਿਸੇ ਕਾਸਟ, ਇਹ ਤੁਹਾਨੂੰ ਇਹ ਕੌਮ ਲੱਗਦਾ ਤੁਸੀਂ ਕਾਂਗਰਸ ਦੇ ਏਜੰਡਾ ਦੇ ਨਾਲ ਜ਼ਿਆਦਾ ਤਾਲਮੇਲ ਰੱਖਦੇ ਹੋ, ਇਹ ਉਹਨਾਂ ਦਾ ਏਜੰਡਾ ਹੁੰਦਾ ਹੈ। ਅਸੀਂ ਕਿਸੇ ਦੇ ਕੋਲ ਕਿਸੇ ਕਾਸਟ, ਕਮਿਊਨਿਟੀ ਜਾਂ ਰਿਲੀਜਨ ਦੇ ਹਿਸਾਬ, ਮੈਂ ਪਹਿਲੇ ਵੀ ਕਿਹਾ, ਅਸੀਂ ਉਸ ਕਰਕੇ ਵੋਟ ਵਾਸਤੇ ਨਹੀਂ ਜਾਂਦੇ, ਅਸੀਂ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਾਂਦੇ। ਤੁਸੀਂ ਲੱਗਦਾ ਹੈ ਸ਼ਾਇਦ ਵੜਿੰਗ ਸਾਹਿਬ ਦੀ ਜਗ੍ਹਾ ਕਾਂਗਰਸ ਪਾਰਟੀ ਦੇ ਕੋਲ ਜਾਣਾ ਚਾਹੀਦਾ। ਤੁਹਾਡੇ ਸਵਾਲ ਸਾਰੇ ਉਹਨਾਂ ਦੇ ਬਿਲਕੁਲ ਢੁਕਤਾ ਬਹਿੰਦੇ ਨੇ, ਉਹਨਾਂ ਦੇ ਕੋਲ ਜਾਓ। ਤੁਸੀਂ ਕਹਿ ਸਕਦੇ ਹੋ, ਤੁਹਾਨੂੰ ਫਰੀਡਮ ਹੈ। ਹਰਸਿਮਰਤ ਕੌਰ ਬਾਦਲ ਜੀ, ਤੁਸੀਂ ਕਿਹੜੇ ਮੁੱਦੇ ਲੈ ਕੇ ਲੋਕਾਂ ਵਿੱਚ ਜਾ ਰਹੇ ਹੋ? ਤੁਸੀਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਰਹੇ, ਇੱਥੇ ਤੁਸੀਂ ਕੀ ਲੈ ਕੇ ਆਏ ਹੋ ਕਿ ਬਠਿੰਡਾ ਤੁਹਾਨੂੰ ਵੋਟ ਦੇਵੇ? ਮੈਂ 41 ਪ੍ਰੋਜੈਕਟਸ ਪੰਜਾਬ 'ਚ ਲੈ ਕੇ ਆਈ ਹਾਂ, ਭਾਵੇਂ ਕੈਪਟਨ ਸਾਹਿਬ ਦੀ ਕਾਂਗਰਸ ਸਰਕਾਰ ਨੇ ਰੋਕਣ ਦੇ ਹਰੇਕ ਲੱਖ ਕੋਸ਼ਿਸ਼ਾਂ ਕੀਤੀਆਂ, ਇੱਕ ਮਦਦ ਤਾਂ ਹੀ ਨਹੀਂ ਕੀਤੀ ਇੱਕ ਵੀ ਪ੍ਰੋਜੈਕਟ ਵਾਸਤੇ। ਉਹਦੇ ਡਿਸਪਾਈਟ ਦੈਟ ਮੈਂ 41 ਪ੍ਰੋਜੈਕਟਸ 1500 ਕਰੋੜ ਦੀ ਲਾਗਤ ਦੇ ਨਾਲ, ਜਿਹਦੇ ਵਿੱਚ 50,000 ਨੌਜਵਾਨਾਂ ਨੂੰ ਨੌਕਰੀ ਮਿਲੂਗੀ, 1.5 ਲੱਖ ਕਿਸਾਨਾਂ ਦਾ ਫਾਇਦਾ ਹੋਊਗਾ, ਜੇ ਮਾੜੀ ਜਿਹੀ ਕਾਂਗਰਸ ਪਾਰਟੀ ਨੇ ਮਦਦ ਕੀਤੀ ਹੁੰਦੀ ਜਾਂ ਮੇਰੇ ਤਾਂ ਅਪਰੋਚ ਕੀਤੀ ਹੁੰਦੀ ਤਾਂ 41 ਪ੍ਰੋਜੈਕਟਸ ਨਹੀਂ, ਸ਼ਾਇਦ 4000 ਪ੍ਰੋਜੈਕਟਸ ਹੁੰਦੇ। ਤੁਸੀਂ ਵਾਰ ਵਾਰ ਇਹ ਦਾਅਵਾ ਕਰਦੇ ਹੋ ਕਿ ਏਮਸ ਦੇ ਪ੍ਰੋਜੈਕਟ ਵਿੱਚ ਕਾਂਗਰਸ ਨੇ ਅੜਿੱਕਾ ਡਾਇਆ ਜੀ, ਜੋ ਤੁਹਾਡੀ ਸਰਕਾਰ ਸੀਗੀ ਇੱਥੇ, ਉਦੋਂ ਉਹ ਚੀਜ਼ਾਂ ਫੁਲਫਿਲ ਹੋ ਸਕਦੀਆਂ ਸੀ ਕਿ ਨਹੀਂ? ਕਿਵੇਂ ਹੋ, ਟਾਈਮ ਦੇ ਨਾਲ ਹਰੇਕ ਚੀਜ਼ ਫੁਲਫਿਲ ਹੁੰਦੀ ਹੈ। 2016 'ਚ ਜਦ 2015 ਐਂਡ 'ਚ ਜਦ ਨੀਂਹ ਪੱਤਾ ਰੱਖਿਆ, ਸਾਲ ਦੇ ਅੰਦਰ ਲੈਂਡ ਐਕੁਜ਼ੀਸ਼ਨ ਕੀਤੀ, ਸਾਲ ਦੇ ਅੰਦਰ ਉਹਦੀ 4 ਦੀਵਾਰੀ ਕਰਕੇ, ਸਾਰੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵਗੈਰਾ ਬਣਾ ਕੇ ਸਭ ਕੁਝ ਕਰਕੇ, ਜਦ ਸਰਕਾਰ ਬਦਲ ਗਈ 2017 ਦੇ ਸ਼ੁਰੂ 'ਚ, ਫਿਰ ਬਾਕੀ ਜਿਹੜੀ ਚੀਜ਼ਾਂ ਸੀ, ਇਨਵਾਇਰਮੈਂਟ ਕਲੀਅਰੈਂਸ, ਪੋਲਿਊਸ਼ਨ ਕਲੀਅਰੈਂਸ, ਬਿਜਲੀ ਦੀ ਤਾਰ ਹਟਾਉਣੀ, ਖਾਲ ਨੂੰ ਕੱਢਣਾ, ਬਿਜਲੀ ਦਾ ਗ੍ਰਿਡ ਬਣਾਉਣਾ, ਉਹ ਤਾਂ ਇਸ ਸਰਕਾਰ ਨੇ ਕਰਨੀ ਸੀ। ਤੁਸੀਂ ਜਾ ਕੇ ਦੱਸੋ ਜੇ ਬਿਜਲੀ ਦਾ ਹੋਸਪਿਟਲ ਤਿਆਰ ਹੋ ਜੂਗਾ, 1.5 ਮਹੀਨੇ 'ਚ ਇਲਾਜ ਸ਼ੁਰੂ ਹੋ ਜੂਗਾ, ਗ੍ਰਿਡ ਮੈਨੂੰ ਦਿਖਾ ਦਿਓ ਕਿੱਥੇ ਬਣਿਆ ਹੈਗਾ। ਉਹ ਕਹਿ ਰਹੇ ਤੁਸੀਂ ਜਾਣ ਬੁੱਝ ਕੇ ਸਿਆਸਤ ਕਰਦੇ ਪਏ ਹੋ ਪਹਿਲਾਂ, ਉਹ ਤਾਂ ਉਹ ਹੋਰ ਕੀ ਕਹਿਣਗੇ, ਹੋਰ ਕੀ ਕਹਿਣਗੇ, ਉਹਨਾਂ ਨੂੰ ਪੁੱਛ ਦਿਓ ਨਾ। ਇਹ 3-5 ਸਾਲਾਂ 'ਚ ਜਦੋਂ ਤੋਂ ਇਹ ਏਮ ਸਾਨੂੰ ਮਿਲਿਆ ਹੈਗਾ, ਜਿਹੜਾ ਮੈਂ ਲੈ ਕੇ 10 ਸਾਲ ਰਾਜਾ ਸਾਹਿਬ ਦੀ ਘਰਵਾਲੀ ਰਾਜ ਕਰਦੀ ਸੀ, ਮੰਤਰੀ ਸੀਗੇ, ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹਦੇ ਵਿੱਚੋਂ 2 ਸਾਲ ਰਾਜਾ ਸਾਹਿਬ ਦੀ ਖੁਦ ਦੀ ਸਰਕਾਰ ਸੀ, ਜਿਹੜਾ ਦੱਸਣ ਤਾਂ ਸਹੀ ਪੰਜਾਬ ਵਾਸਤੇ, ਛੱਡੋ ਪਟਿਆਲੇ ਵਾਸਤੇ ਕੀ ਲੈ ਕੇ ਆਏ। ਸੋ ਉਹ ਤਾਂ ਇਹ ਗੱਲ ਕਹਿਣਗੇ, ਤੁਸੀਂ ਆਪ ਜਾ ਕੇ ਪੁੱਛ ਲਓ ਕਿ ਕਿੰਨੀ ਕੁ ਵਾਰੀ ਕੈਪਟਨ ਸਾਹਿਬ ਦਿੱਲੀ ਗਏ ਕਿ ਵੀ ਸਭ ਤੋਂ ਵੱਡਾ ਹਸਪਤਾਲ ਆ ਰਿਹਾ ਏਮਸ ਵਰਗਾ, ਦੱਸੋ ਜੀ ਅਸੀਂ ਕੀ ਕਰ ਸਕਦੇ ਹਾਂ। ਇੱਥੇ ਦੇ ਵਿੱਤ ਮੰਤਰੀ ਜਿਹਦੇ ਇਲਾਕੇ ਵਿੱਚ ਆ ਰਿਹਾ, ਉਹ ਦੱਸ ਦਿਓ ਕਿੰਨੀ ਕੁ ਵਾਰੀ ਗਿਆ, ਜਾਂ ਫਿਰ ਇਹਨਾਂ ਦਾ ਹੈਲਥ ਮਿਨਿਸਟਰ ਜਿਹਦਾ ਡਿਪਾਰਟਮੈਂਟ ਬਣਦਾ ਹੈਗਾ, ਉਹਨੂੰ ਪੁੱਛ ਲਓ ਕਿ ਇਹਨਾਂ ਤਿੰਨਾਂ ਨੇ ਕਦੇ ਸਾਈਟ ਵੀ ਵਿਜ਼ਿਟ ਕੀਤੀ, ਦਿੱਲੀ ਤਾਂ ਦੂਰ ਦੀ ਗੱਲ। ਸੋ ਇਹ ਜੋ ਬੋਲਦੇ ਤੁਸੀਂ, ਮੈਨੂੰ ਇਹਨਾਂ ਦੀ ਗੱਲਾਂ ਦੇ ਬਾਰੇ ਨਾ ਹੀ ਪੁੱਛੋ, ਲੋਕਾਂ ਨੂੰ ਪੁੱਛੋ, ਜਿਹੜਾ 23 ਤਰੀਕ ਨੂੰ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਸਵਾਲ ਕਰ ਲਾਂ, ਬਿਲਕੁਲ ਕਰਦੇ ਨੇ। ਹੋਰ ਇਹਨਾਂ ਦੇ ਕੋਲ ਹੈ ਕੀ, ਇਹਨਾਂ ਨੇ ਕੰਮ ਕੀ ਕੀਤਾ 2.5 ਸਾਲਾਂ 'ਚ?
ਕਾਂਗਰਸ ਦੀ ਰਾਜਨੀਤੀ ਕੁਰਸੀ ਤਾਈਂ ਪਹੁੰਚਣ ਵਾਸਤੇ ਪਾੜੋ ਤੇ ਰਾਜ ਕਰੋ, ਧਰਮ ਦੇ ਨਾਂ 'ਚ ਵੋਟ ਮੰਗੋ, ਜਿਹੜਾ ਅੱਜ ਵੀ ਕਰ ਰਹੇ ਨੇ। ਤੇ ਅਕਾਲੀ ਦਲ ਦੀ ਰਾਜਨੀਤੀ ਰਹੀ ਹੈ ਸਰਦਾਰ ਬਾਦਲ ਦੀ, ਅਮਨ ਸ਼ਾਂਤੀ, ਭਾਈਚਾਰਕ ਸਾਂਝ ਤੇ ਸਭ ਦਾ ਵਿਕਾਸ ਤੇ ਡਿਵੈਲਪਮੈਂਟ, ਇਹ ਸਾਡੀ ਰਾਜਨੀਤੀ ਰਹੀ ਹੈ। ਉਹਨਾਂ ਦੀ ਰਾਜਨੀਤੀ ਤੁਹਾਡੇ ਸਾਹਮਣੇ ਹੈਗੀ, 2.5 ਸਾਲ 'ਚ ਪੁੱਛੋ ਤੁਸੀਂ ਉਹਨਾਂ ਨੇ ਕੀਤਾ ਕੀ ਹੈ। ਜਦੋਂ 3 ਸਾਲ ਤੁਹਾਡੀ ਸਰਕਾਰ ਇੱਥੇ ਵੀ ਸੀਗਾ, ਤੁਸੀਂ ਉੱਥੇ ਮੰਤਰੀ ਰਹੇ ਹੈਗੇ ਹੋ, ਉਦੋਂ ਤੁਸੀਂ ਬਠਿੰਡਾ ਲਈ ਕੀ ਲੈ ਕੇ ਆਏ 3 ਸਾਲਾਂ ਉਸ ਟਾਈਮ ਹੀ ਤਾਂ ਏਮਜ਼ ਆਇਆ ਹੈਗਾ, ਹਵਾਈ ਅੱਡਾ ਆਇਆ ਹੈਗਾ, ਰੇਲਵੇ ਸਟੇਸ਼ਨ, ਸ਼ਤਾਬਦੀਆਂ ਚੱਲੀਆਂ, ਸੜਕਾਂ ਦੇ ਜਾਲ, ਉਹਨਾਂ ਸਾਲਾਂ 'ਚ ਹੀ। ਉਹਦੇ ਬਾਅਦ ਆਇਆ ਕੀ ਹੈ ਮੈਨੂੰ ਦੱਸੋ, ਜਿੰਨਾ ਕੁਛ ਆ ਗਿਆ ਉਹ 2 ਸਾਲ ਜਾਂ 5 ਸਾਲ ਦਾ ਟਾਈਮ ਮਿਲਦਾ ਤੇ 50 ਗੁਣਾ ਵੱਧ ਆਉਣਾ ਸੀ। ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ ਆਇਆ ਹੈਗਾ ਉੱਥੇ ਅੰਮ੍ਰਿਤਸਰ ਵਾਸਤੇ, ਕਿਹੜੀ ਚੀਜ਼ ਨਹੀਂ ਆਈ। ਇਹਦੇ ਬਾਅਦ ਜੇ ਮਦਦ ਕਰਦੇ, ਮੇਰੇ ਫੂਡ ਪ੍ਰੋਜੈਕਟ ਸੀ, ਮੈਂ ਕਹਿ ਰਹੀ ਬਾਕੀ ਤਾਂ ਛੱਡੋ, ਇਹ ਕਦੇ 2.5 ਸਾਲ ਲੋਕਾਂ ਦੇ ਵਿੱਚ ਨਹੀਂ ਗਏ। ਇਹਨਾਂ ਨੇ ਦਿੱਲੀ ਜਾ ਕੇ ਕੀ ਲਾਉਣਾ ਸੀ, ਇਹ ਤਾਂ ਇਕੱਲੇ ਲੁੱਟਣ ਵਾਸਤੇ ਆਏ ਸੀ। ਉਹ ਲੁੱਟ ਚੜੀ ਜਾ ਰਹੀ ਹੈ, ਨਸ਼ਾ ਵੇਚ ਵੇਚ ਕੇ ਨਸ਼ੇੜੀ ਬਣਾ ਰਹੇ ਨੇ ਪੰਜਾਬ ਨੂੰ, ਤੇ ਗਰੀਬਾਂ ਦੇ ਪੈਸੇ ਲੁੱਟ ਕੇ ਖਾਈ ਜਾ ਰਹੇ ਨੇ, ਖਜ਼ਾਨਾ ਖਾਲੀ ਕਰਕੇ ਇਹਨਾਂ ਦੀ ਸਹੂਲਤਾਂ ਖੋ ਰਹੇ ਨੇ। ਫੂਡ ਪ੍ਰੋਸੈਸਿੰਗ ਦਾ ਜ਼ਿਕਰ ਕਰ ਰਹੇ ਹੋ ਵਾਰ ਵਾਰ, ਤੁਹਾਡੇ ਕੋਲ ਮਹਿਕਮਾ ਰਿਹਾ ਇਹ, ਰਾਮਪੁਰਾ ਫੂਲ ਆਲੂਆਂ ਲਈ ਜਾਣਿਆ ਜਾਂਦਾ, ਮੋੜ ਮੰਡੀ ਅੰਗੂਰਾਂ ਲਈ ਕਿਸੇ ਟਾਈਮ 'ਤੇ ਜਾਣੀ ਜਾਂਦੀ ਸੀਗੀ, ਤੁਸੀਂ ਉਹਨਾਂ ਲਈ ਕੁਛ ਕਰ ਸਕੇ ਹੋ? ਸਰਕਾਰ ਇੱਥੇ ਮੇਰੀ ਨਹੀਂ ਹੈ, ਤੇ ਜਿਹੜੇ ਸੈਂਟਰ ਦੀ ਸਕੀਮਸ ਹੁੰਦੀਆਂ ਨੇ ਉਹਨਾਂ ਨੂੰ ਸਟੇਟਾਂ ਨੂੰ ਲਾਗੂ ਕਰਨਾ ਹੁੰਦਾ ਹੈ। ਮੇਰੇ ਕੋਲ ਪੈਸੇ ਹੈਗੇ ਪ੍ਰੋਜੈਕਟ ਲਗਾਉਣ ਵਾਸਤੇ, ਸਟੇਟ ਦੀ ਸਰਕਾਰ ਨੇ ਲਗਵਾਉਣੇ ਹੁੰਦੇ ਨੇ, ਲੇਕਿਨ ਸਟੇਟ ਦੀ ਸਰਕਾਰ ਨੇ ਇੱਕ ਵੀ ਨਹੀਂ ਲਾਇਆ। ਜਿਹੜਾ 41 ਪ੍ਰੋਜੈਕਟਸ ਮੈਂ ਲਗਾਏ ਨੇ ਉਹ ਮੈਂ ਆਪ ਬੰਦੇ ਲੱਭ ਲੱਗ ਕੇ ਪੰਜਾਬ 'ਚ ਵੀ ਲਗਾ ਲਓ, ਗ੍ਰਾਂਟ ਲੈ ਲਓ। ਇਹਨਾਂ ਨੇ ਤਾਂ ਇੱਕ ਵਾਰੀ ਮਦਦ ਤਾਂ ਹੀ ਨਹੀਂ ਕੀਤੀ, ਇੱਕ ਚਿੱਠੀ ਤਾਂ ਹੀ ਨਹੀਂ ਲਿਖੀ ਮੈਨੂੰ। ਸੋ ਕੀ ਬੋਲੀ ਜਾਂਦੇ ਨੇ। ਆਲੂਆਂ ਦੀ ਤੁਸੀਂ ਗੱਲ ਕਰਦੇ ਹੋ, ਅੱਜ ਮੈਂ ਇੰਡੀਅਨ ਇੰਸਟੀਟਿਊਟ ਫੂਡ ਪ੍ਰੋਸੈਸਿੰਗ ਟੈਕਨੋਲੋਜੀ ਦਾ ਟ੍ਰੇਨਿੰਗ ਸੈਂਟਰ ਬਠਿੰਡੇ 'ਚ ਖੋਲ੍ਹਤਾ, ਤਾਂ ਕਿ ਕਿਸਾਨ ਜੋ ਵੀ ਉਗਾਉਂਦਾ ਹੈ ਉਹਦੇ ਉੱਤੇ ਵੈਲਿਊ ਐਡੀਸ਼ਨ ਕਿਵੇਂ ਕਰਨੀ, ਉੱਥੇ ਜਾ ਕੇ ਉਹ ਸਿੱਖ ਸਕਦਾ ਹੈ। ਇੱਕ ਸਾਲ 'ਚ 200 ਬੰਦਿਆਂ ਨੂੰ ਟ੍ਰੇਨਿੰਗ ਦੇ ਕੇ, ਕਈਆਂ ਨੇ ਆਪ ਦੇ ਛੋਟੀ ਛੋਟੀ ਚੀਜ਼ਾਂ ਮੇਰੇ ਤੋਂ ਗ੍ਰਾਂਟ ਲੈ ਕੇ ਉਹ ਸ਼ੁਰੂ ਵੀ ਕਰ ਦਿੱਤੀਆਂ ਨੇ। ਪਰ ਤੁਹਾਨੂੰ ਹੈਰਾਨੀ ਹੋਣੀ ਚਾਹੀਦੀ ਹੈ ਕਿ ਇੰਨੀ ਨਿਕੰਮੀ ਸਰਕਾਰ ਹੈ, 3 ਮੈਗਾ ਫੂਡ ਪਾਰਕਸ, ਲੋਕੀ ਮਗਰ ਮਗਰ ਭੱਜਦੇ ਨੇ ਮੈਗਾ ਫੂਡ ਪਾਰਕ ਵਾਸਤੇ, 3 ਪੰਜਾਬ ਨੂੰ ਦਿੱਤੇ, ਇੱਕ ਸਰਕਾਰੀ ਜਿਹੜਾ ਲਾਡੋਵਾਲ 'ਚ ਸਾਲ ਭਰ ਤੋਂ ਤਿਆਰ ਪਿਆ ਹੈਗਾ, ਇੱਕ ਮਸ਼ੀਨ ਰੋਕ ਕੇ ਰੱਖੀ, 9 ਮਹੀਨਿਆਂ ਤੋਂ ਟੈਂਡਰ ਨਹੀਂ ਕੀਤਾ ਤਾਂ ਕਿ ਇਹਨੂੰ ਇਨੋਗਰੇਟ ਨਾ ਕੀਤਾ ਜਾਏ। ਅਤੇ ਇੱਕ ਇੱਕ ਮੈਗਾ ਫੂਡ ਪਾਰਕ 'ਚ 40-40 ਪ੍ਰੋਜੈਕਟਸ ਹੋਰ ਲੱਗਦੇ ਨੇ। ਮਤਲਬ ਤੁਸੀਂ ਸੋਚੋ ਮੈਗਾ ਫੂਡ ਪਾਰਕ ਕਿੰਨੀ ਵੱਡੀ ਚੀਜ਼ ਹੋ ਗਈ, ਜਿੱਥੇ 40 ਹੋਰ ਇੰਡਸਟਰੀ ਉਹਦੇ ਵਿੱਚ ਆਉਂਦੀ ਹੈ। ਇਹ ਮੇਰੇ 42 ਪਾਰਕਸ ਤੋਂ ਪਹਿਲਾ ਪਾਰਕ ਹੈਗਾ ਜਿਹਦੇ ਵਿੱਚ ਅੰਦਰ ਲੱਗੇ ਵਾਲੇ ਜਿਹੜੇ ਯੂਨਿਟਸ ਨੇ ਉਹ ਚਾਲੂ ਹੋ ਗਏ, ਲੇਕਿਨ ਪਾਰਕ ਨਹੀਂ ਸਰਕਾਰ ਨੇ ਚਾਲੂ ਕਰਕੇ ਦਿੱਤਾ। ਸੋ ਮੈਨੂੰ ਤਾਂ ਆਲੂਆਂ ਦੀ ਬਹੁਤ ਵੱਡੀ 19 ਕੋਲਡ ਚੇਨਸ ਮੈਂ ਦਿੱਤੀਆਂ ਨੇ। ਸਭ ਤੋਂ ਵੱਡਾ ਜਿਹੜਾ ਸਾਂਗਾ ਸਾਹਿਬ ਪੋਟੇਟੋ ਕਿੰਗ ਕਹਿਲਾਉਂਦੇ ਨੇ, ਉਹਨਾਂ ਦੀ ਕੋਲਡ ਚੇਨ ਮੈਂ ਦਿੱਤੀ ਹੈਗੀ। ਸੋ 19 ਕੋਲਡ ਚੇਨਸ ਦਿੱਤੀਆਂ ਨੇ, 3 ਮੈਗਾ ਫੂਡ ਪਾਰਕਸ ਦਿੱਤੇ ਨੇ, ਮਿੰਨੀ ਫੂਡ ਪਾਰਕਸ ਦਿੱਤੇ ਨੇ, ਬੈਕਵਰਡ ਫਾਰਵਰਡ ਲਿੰਕੇਜ ਦਿੱਤੇ, 41 ਪ੍ਰੋਜੈਕਟਸ ਬਣਾਤੇ ਹੈਗੇ। ਇਹ ਤਾਂ ਤੁਸੀਂ ਮੇਰੇ ਦੁਸ਼ਮਣਾਂ ਨੂੰ ਜਾ ਕੇ ਪੁੱਛ ਲਓ, ਉਹ ਵੀ ਕਹਿਣਗੇ ਇੰਨੇ ਕੰਮ ਨਹੀਂ ਹੋਏ ਜਿੰਨੇ 70 ਸਾਲ 'ਚ ਨਹੀਂ ਹੋਏ, ਉਹ 10 ਸਾਲਾਂ 'ਚ ਹੋ। ਸੋ ਕੰਮਾਂ ਦੀ ਗੱਲ ਤੁਸੀਂ ਨਾ, ਇਹ ਤਾਂ ਭੰਡੀ ਪ੍ਰਚਾਰ ਕਰਨ ਵਾਲੇ ਜਿਹੜੇ ਆਏ ਨੇ, ਉਹ ਜਿੰਨਾ ਭੰਡ ਲੈਣ ਉਹਨਾਂ ਨੂੰ ਮੁਬਾਰਕ ਹੋਏ ਮੇਰੇ ਕੰਮ ਕਬੂਲ। ਤੁਸੀਂ ਆਪਦੇ ਆਪ ਨੂੰ ਕਿਸਾਨ ਹਿਤੈਸ਼ੀ ਕਹਿੰਦੇ ਹੋ, ਕਿਸਾਨਾਂ ਦੇ ਰਾਖੇ ਕਹਿੰਦੇ ਹੋ, ਤੁਸੀਂ ਸੈਂਟਰ ਵਿੱਚ ਤੁਹਾਡੀ ਆਵਾਜ਼ ਉੱਥੇ ਬੁਲੰਦ ਕਰਦੇ ਹੋ, ਤੁਸੀਂ ਇਹ ਦਾਅਵਾ ਕਰਦੇ ਹੋ। ਸਵਾਲ ਇਹ ਹੈਗਾ, ਨਰਮਾ ਪੱਟੀ 'ਚ ਅਸੀਂ ਘੁੰਮ ਰਹੇ ਹਾਂ ਹਰਸਿਮਰਤ ਜੀ, ਨਰਮਾ ਪੱਟੀ ਜਿਹੜਾ ਕਿਸਾਨ ਹੈਗਾ ਉਹ ਪਰੇਸ਼ਾਨ ਹੈ, ਜਿਹੜੀ ਸੈਂਟਰ ਏਜੰਸੀਸ ਹੈਗੀਆਂ ਉਹ ਨਰਮਾ ਇੱਥੋਂ ਚੱਕ ਨਹੀਂ ਰਹੀਆਂ। ਇਹ ਤਾਂ ਸਟੇਟ ਦਾ ਕੰਮ ਹੈ, ਜਾ ਕੇ ਸੈਂਟਰ ਦੇ ਨਾਲ ਗੱਲ ਕਰੇ। ਇਹ ਪਿਛਲੇ 3 ਸਾਲ ਤੋਂ ਹੋ ਰਿਹਾ, ਇਹ ਨਹੀਂ ਹੋਇਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬਾਅਦ ਹੋਇਆ। ਬਿਲਕੁਲ ਹੋਇਆ ਹੈ, ਜਦੋਂ ਵੀ ਹੈ ਸਾਡੇ ਟਾਈਮ ਜਿਹੜੀ ਔਖਿਆਈ ਆ, ਦੇਖੋ ਕਿਸਾਨ ਕਿੰਨਾ ਖੱਜਲ ਹੋਇਆ ਮੰਡੀਆਂ 'ਚ। ਤੁਸੀਂ ਦੇਖਿਆ ਕਿ ਇੰਨੇ ਦਿਨ 15-15 ਦਿਨ ਪਰਚੇਸ ਹੀ ਨਾ ਹੋਏ, ਕਿਉਂਕਿ ਜੀ ਮੋਇਸਚਰ ਜ਼ਿਆਦਾ ਹੈਗਾ। ਅਤੇ ਮੋਇਸਚਰ ਮਸ਼ੀਨ ਜਦ ਮੈਂ ਚੈੱਕ ਕੀਤਾ, 5 ਤੋਂ ਤਾਂ ਸ਼ੁਰੂ ਕਰ ਰਹੇ ਸੀ। ਜਦ ਮੈਂ ਇਹ ਫਰੋਡ ਫੜਿਆ ਪੰਜਾਬ ਸਰਕਾਰ ਦਾ, ਅਗਲੇ ਦਿਨ ਫਿਰੋਜ਼ਪੁਰ ਤੋਂ ਲੈ ਕੇ ਤਲਵੰਡੀ ਤਰਨ ਤਾਰਨ ਦੀ ਸਾਰੀ ਮਸ਼ੀਨਾਂ ਦਾ ਮੋਇਸਚਰ ਠੀਕ ਹੋ ਗਿਆ ਅਤੇ ਪਰਚੇਸ ਸ਼ੁਰੂ ਹੋ ਗਈ। ਉਹਦੇ ਬਾਅਦ ਬਾਰਦਾਨਾ ਝੂਠ ਮਾਰਤਾ ਕਿ ਬਾਰਦਾਨਾ ਹਰਸਿਮਰਤ ਨੇ ਡਾਇਵਰਟ ਕਰਤਾ, ਅਤੇ ਆਪਦੀ ਝੂਠ ਆਪ ਹੀ ਫਸ ਗਿਆ। ਜਦ ਰਾਜਾ ਕਹਿੰਦਾ ਹੈ ਕਿ ਨਾ ਮਾਝੇ 'ਤੇ ਕੋਈ ਘਾਟਾ, ਨਾ ਦੁਆਬੇ 'ਚ ਦਾ ਬਾਰਦਾਨੇ ਦਾ ਘਾਟਾ, ਨਾ ਮਾਲਵੇ 'ਚ, ਇਕੱਲੇ ਬਠਿੰਡੇ 'ਚ। ਹੁਣ ਦੱਸੋ ਸੈਂਟਰ ਤੋਂ ਜਦ ਬਾਰਦਾਨਾ ਉਹਦੇ ਵਿੱਚ ਬਠਿੰਡਾ ਲਿਖਿਆ ਹੁੰਦਾ, ਸੋ ਆਪਦੀ ਝੂਠ 'ਚ ਆਪ ਫਸ ਗਿਆ। ਬਾਰਦਾਨੇ 'ਤੇ ਕੋਈ ਕਮੀ ਨਹੀਂ ਤੁਹਾਨੂੰ ਲੱਗਦਾ? ਹਕੀਕਤ ਆ ਸੀਗੀ ਕਿ ਜਿੰਨਾ ਬੰਪਰ ਕ੍ਰੋਪ ਸੀਗਾ ਇਸ ਨਿਕੰਮੀ ਸਰਕਾਰ ਨੇ, ਜਿਹੜਾ ਰਾਜਾ 2 ਦਿਨ ਦਫ਼ਤਰ ਨਹੀਂ ਗਿਆ 2 ਸਾਲਾਂ 'ਚ, ਇਹਨਾਂ ਨੇ ਪਲੈਨਿੰਗ ਨਹੀਂ ਕੀਤੀ ਸੀ, ਜਿਹਦੇ ਕਰਕੇ ਬਾਰਦਾਨਾ ਦਾ ਆਰਡਰ ਤੁਹਾਨੂੰ ਫਸਲ ਆਉਣ ਤੋਂ ਬਹੁਤ ਪਹਿਲੇ ਸਪਟੈਂਬਰ ਅਕਟੂਬਰ ਦੇ ਮਹੀਨੇ 'ਚ ਆਰਡਰ ਦੇਣਾ ਹੁੰਦਾ ਹੈਗਾ। ਇਹਨਾਂ ਨੇ ਉਹ ਕੀਤਾ ਨਹੀਂ, ਜਿੰਨਾ ਆਉਂਦਾ ਸੀ ਉਹਨਾਂ ਫਸਲ ਜ਼ਿਆਦਾ ਹੋ ਗਈ, ਜਿਹਦੇ ਕਰਕੇ ਮੈਂ ਰਾਜੇ ਨੂੰ ਕਿਹਾ ਤੂੰ ਚਿੱਠੀ ਤੋਂ ਦਿਖਾ, ਤੂੰ ਐਕਸਟਰਾ ਬਾਰਦਾਨਾ ਮੰਗਿਆ। ਤੁਹਾਨੂੰ ਪਤਾ 5 ਮਈ ਨੂੰ ਚਿੱਠੀ ਗਈ, ਉਹਨੇ ਤਾਂ ਦਿੱਤਾ ਨਹੀਂ, ਮੈਂ ਦਿੱਲੀਓਂ ਕਢਵਾ ਲਈ। 5 ਮਈ ਨੂੰ ਜਦ ਬਾਰਦਾਨਾ ਮੰਗ ਰਿਹਾ ਹੈਗਾ ਤਾਂ ਫਿਰ ਉਹਨੂੰ ਆਉਣ 'ਚ ਤਾਂ ਟਾਈਮ ਲੱਗੂਗਾ।
ਸੋ ਇਹ ਇਹਨਾਂ ਦਾ ਝੂਠਾ ਨਰਮੇ ਦੀ ਤੁਸੀਂ ਗੱਲ ਕੀਤੀ, ਇਤਿਹਾਸਿਕ ਵਾਧਾ ਨਰਮੇ 'ਚ ਅਤੇ ਝੋਨੇ 'ਚ ਅਸੀਂ ਕਰਾ ਕੇ ਦਿੱਤਾ, 5-5, 7-7 ਹਜ਼ਾਰ ਫਾਇਦਾ ਹੋਇਆ ਲੋਕਾਂ ਨੂੰ, ਤੇ ਨਰਮੇ ਦੇ ਜਿੰਨਾ ਹਾਈਐਸਟ ਰੇਟ ਇਸ ਵਾਰੀ ਮਿਲਿਆ, ਪਿਛਲੀ ਵਾਰੀ ਕਦੇ ਮਿਲਿਆ ਹੀ ਨਹੀਂ ਸੀਗਾ। ਜੀ ਸੈਂਟਰ ਏਜੰਸੀ ਚੱਕ ਨਹੀਂ ਰਹੀਆਂ, ਸਵਾਲ ਇਹ ਸੀਗਾ। ਉਹ ਤਾਂ ਫਿਰ ਸਟੇਟ ਨੂੰ ਟੇਕ ਅਪ ਕਰਨਾ ਚਾਹੀਦਾ ਨਾ ਏਜੰਸੀ ਦਾ। ਸਰੋਂ ਦੇ ਵੀ ਇਹ ਹਾਲਾਤ ਹੈ, ਸਦੂਲਗੜ੍ਹ ਇਲਾਕਾ ਤੁਸੀਂ ਉੱਥੇ, ਇਸ ਸੂਬੇ ਦੀ ਸਰਕਾਰ ਨੂੰ ਦੇਖਣਾ ਹੁੰਦਾ ਕਿੱਥੇ ਪ੍ਰੋਬਲਮ ਆ ਰਹੀ ਤਾਂ ਜਾ ਕੇ ਸੈਂਟਰ ਤੋਂ ਸੋਲਵ ਕਰਵਾਉਣ। ਇਹ ਮੇਰਾ ਕੰਮ ਨਹੀਂ ਹੁੰਦਾ, ਮੈਂ ਸਰਕਾਰ ਨਹੀਂ ਇੱਥੇ ਚਲਾ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ, ਇੱਥੇ ਨਿਕੰਮੀ ਕਾਂਗਰਸ ਦੀ ਸਰਕਾਰ ਹੈ ਜਿਹੜੀ ਨਾ ਕਿਸਾਨਾਂ ਬਾਰੇ ਪਰਵਾਹ ਕਰ ਰਹੀ ਹੈ, ਨਾ ਗਰੀਬਾਂ ਬਾਰੇ, ਨਾ ਨੌਜਵਾਨਾਂ ਬਾਰੇ, ਇਕੱਲੇ ਝੂਠੇ ਲਾ ਰਹੇ। ਜੇ ਉਹਨੂੰ ਕਿਸੇ ਸੈਕਟਰ ਨੂੰ ਪ੍ਰੋਬਲਮ ਆ ਰਹੀ ਹੈ, ਪਰਚੇਸ ਨਹੀਂ ਹੋ ਰਹੀ, ਤੁਸੀਂ CCI ਤੇ ਜਾਓ ਨਾ, ਉੱਥੇ ਦਿੱਲੀ ਜਾ ਕੇ ਕੰਸਰਨ ਮਿਨਿਸਟਰ ਤੇ ਮਿਨਿਸਟਰੀ ਚ ਗੱਲ ਕਰਕੇ ਸੋਲਵ ਕਰਵਾਓ। ਇਹ ਗਏ ਕਦੋਂ ਨੇ? ਉਹ ਵਾਰ ਵਾਰ ਇੱਕੋ ਗੱਲ ਕਹਿੰਦੇ, ਕਹਿੰਦੇ ਤੁਸੀਂ ਡਿੱਕੇ ਪਾ ਦਿੰਦੇ ਹੋ। ਮੈਂ ਉਡੀਕੇ 10 ਦਿਨ ਕਿੱਥੇ ਪਾਏ ਨੇ? ਜੇ ਉਹ 10 ਦਿਨ ਉਹ ਗਏ ਕਦੋਂ ਨੇ? ਇੰਨਾ ਹੀ 10 ਦਿਨ ਉਡੀਕੇ ਪਾਉਣ ਤਾਂ ਕਹਿਣਾ, ਕਹਿਣ ਨੂੰ ਤਾਂ ਜੋ ਮਰਜ਼ੀ ਕਹਿੰਦੇ, ਉਹ ਤਾਂ ਝੂਠ ਮਾਰ ਕੇ ਰੱਬ ਨੂੰ ਵੀ ਸੌਖ ਆ ਗਏ, ਦਸਮੇਸ਼ ਪਿਤਾ ਦੀ। ਸੋ ਇਹਨਾਂ ਦੇ ਝੂਠਿਆਂ ਦੇ ਬਾਰੇ ਕੀ, ਜਿਹੜੀ ਇੰਨੇ ਝੂਠੇ ਨੇ ਕੁਰਸੀ ਦੇ ਲਾਲਚ ਵੇ, ਦਸਮ ਪਿਤਾ ਦੀ ਝੂਠੀ ਸੌ ਸ਼ਰੇਆਮ ਲੋਕਾਂ ਦੇ ਸਾਹਮਣੇ ਖਾ ਸਕਦੇ ਨੇ, ਕੁਰਸੀ ਦੇ ਲਾਲਚ ਵੇ ਟੈਂਕਾ ਤੋਪਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਨੂੰ ਢਹਿਟੇਰੀ ਕਰ ਸਕਦੇ ਨੇ, ਕੁਰਸੀ ਦੇ ਲਾਲਚ ਵਿੱਚ ਹਜ਼ਾਰਾਂ ਬੇਕਸੂਰਾਂ ਦਾ ਸ਼ਰੇਆਮ ਕਤਲੇਆਮ ਕਰਾ ਕੇ ਅੱਜ ਕਹਿੰਦੇ ਹੁਆ ਤੋ ਹੁਆ, ਇਹ ਬੋਲਦੇ ਨੇ ਨਾ ਕਾਂਗਰਸੀ ਨੇਤਾ, ਅੱਜ ਬੋਲ ਗਏ ਹੁਆ ਤੋ ਹੁਆ। ਜਿਹੜਾ ਸਿਆਸੀ ਗੁਰੂ ਹੈ ਰਾਹੁਲ ਗਾਂਧੀ ਦਾ, ਤੇ ਰਾਹੁਲ ਗਾਂਧੀ ਉਹਨੂੰ ਮਾਫ਼ੀ ਮੰਗਣ ਨੂੰ ਕਹਿ ਰਿਹਾ, ਖੁਦ ਜਿਹਨੇ ਕੀਤਾ ਉਹਨੇ ਮਾਫ਼ੀ ਮੰਗੀ ਅੱਜ ਤੇ, ਇਹਦੇ ਬਾਰੇ ਕਾਂਗਰਸੀ ਕਿਉਂ ਨਹੀਂ ਬੋਲਦੇ? ਕੱਲ੍ਹ ਜਿਹੜੀ ਬੇਅਦਬੀ ਹੋਈ ਹੈ ਕਿ ਕਾਂਗਰਸ ਜਾਂ ਉਹਨਾਂ ਦੀ ਬੀ ਟੀਮ ਆਮ ਆਦਮੀ ਪਾਰਟੀ ਨੇ ਕੋਈ ਮੂੰਹ ਵੀ ਖੋਲਿਆ, ਅਸੀਂ ਜਿਹੜੀ ਬੇਅਦਬੀ ਹੋ ਗਿਆ, ਹੁਣ ਤਾਂ ਤਾਲਾ ਲਾਏ ਹੋਏ ਨੇ ਸਰਕਾਰੀ ਤਾਲੇ, ਉਹ ਤਾਂ ਕਹਿਣ ਗਈ ਕਿਉਂਕਿ ਇਹਨਾਂ ਦੀ ਸਰਕਾਰ ਹੈ, ਸਾਡੀ ਸਰਕਾਰ 'ਚ ਜਿਹੜਾ ਸੀ ਜਿਹਨਾਂ ਦੇ ਬੇਅਦਬੀ ਕੀਤਾ ਉਹਨਾਂ ਫੜ ਲਿਆ, 2.5 ਸਾਲ 'ਚ ਪੁਲਿਸ ਇਹਨਾਂ ਦੀ, ਸਰਕਾਰ ਇਹਨਾਂ ਦੀ, ਐਡਮਿਨਿਸਟ੍ਰੇਸ਼ਨ ਇਹਨਾਂ ਦੀ, ਕਿੱਥੇ ਨੇ ਬੰਦੇ ਚੁਰਾਏ 'ਚ ਖੜਾ ਕਰਕੇ ਉਹਨਾਂ ਨੇ ਜੁੱਤੀਆਂ ਕਿਉਂ ਨਹੀਂ ਮਾਰੀਆਂ? ਸੋ ਇਹ ਜਿਹੜਾ ਬੋਲਦੇ ਨੇ ਇਹਨਾਂ ਤੋਂ ਜਾ ਕੇ ਪੁੱਛੋ, ਮੈਨੂੰ ਇਹਨਾਂ ਦੇ ਬਾਰੇ ਗੱਲਾਂ ਨਾ ਪੁੱਛੋ। ਲੰਬੀ ਦੇ ਵਿੱਚ ਤੁਹਾਡਾ ਰਿਜ਼ਾਈਡਿੰਗ ਫੈਕਟਰ ਰਹਿੰਦਾ, ਲੰਬੀ ਤੁਹਾਡਾ ਗੜ ਹੈਗਾ, ਪਿਛਲੀ ਵਾਰੀ 35,000 ਦਾ ਤੁਹਾਨੂੰ ਉੱਥੋਂ ਮਾਰਜ਼ ਮਿਲਿਆ ਸੀਗਾ। ਮਾਨਸਾ ਤੇ ਬਠਿੰਡਾ ਸ਼ਹਿਰੀ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਰਿਸਪੌਂਸ ਹੈਗਾ, ਕਿਉਂਕਿ ਆਪਾਂ ਮਾਨਸਾ ਤੋਂ ਨਿਕਲੇ? ਚਾਹ ਪੱਖੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ, ਜਿਹਦੇ ਕਰਕੇ ਕਾਂਗਰਸ ਇੰਨੀ ਬੁਖਲਾ ਗਈ ਹੈਗੀ, ਤੇ ਛੋਟਾ ਗੁੰਡਾ ਜਿਹੜਾ ਇੱਥੇ ਭੇਜਿਆ ਹੋਇਆ ਇੰਨਾ ਬੁਖਲਾਇਆ ਕਿ ਆਪ ਦੇ ਖਰੀਦੇ ਹੋਏ ਗੁੰਡਿਆਂ ਨੂੰ ਮੇਰੇ ਪ੍ਰੋਗਰਾਮਾਂ 'ਚ ਭੇਜ ਕੇ ਪ੍ਰਸ਼ਾਸਨ ਦੀ ਪੂਰੀ ਪੁਲਿਸ ਦੀ ਸਪੋਰਟ ਲੈ ਕੇ, ਮੈਂ ਤਾਂ ਹੈਰਾਨ ਹਾਂ ਮੰਡੀ ਕਲਾ 'ਚ। ਤੁਸੀਂ ਦੇਖੋ ਜਿਹੜੇ SSP ਨੂੰ, ਜਿਹਦੇ ਬੰਦੇ ਦਾ ਡੈਮੋਕਰੈਟਿਕ ਫਰੀ ਐਂਡ ਫੇਅਰ ਇਲੈਕਸ਼ਨ ਫਾਈਟ ਕਰਨ ਦਾ ਹੁੰਦਾ ਹੈ, ਤਾਂ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਟੂ ਇਨਸ਼ੋਰ ਕਿ ਆਪਣਾ ਪ੍ਰਚਾਰ ਸਾਰੇ ਫਰੀ ਐਂਡ ਫੇਅਰ ਤਰੀਕੇ ਨਾਲ ਕਰ ਸਕਦਾ ਹੈ। ਉਹਨੂੰ ਇੱਕ ਦਿਨ ਪਹਿਲੇ ਦੱਸਿਆ ਗਿਆ ਕਿ ਇਸ ਤਰ੍ਹਾਂ ਗੁੰਡਿਆਂ ਨੂੰ ਹਾਇਰ ਕਰਕੇ ਭੇਜਿਆ ਜਾ ਰਿਹਾ ਹੈਗਾ, ਉਹਨੇ ਕਰਨਾ ਤਾਂ ਕੀ ਸੀ, ਪਹਿਲੇ ਤਾਂ ਮੇਰੇ ਵੈਨਿਊ 'ਚ ਆਉਣ ਦੇਣ, ਉਹਦੇ ਬਾਅਦ ਜਦ ਆਪਣੇ ਬੰਦੇ ਭਿੜਨ ਲੱਗਦੇ ਨੇ ਫਿਰ ਉਹਨਾਂ ਦੇ ਉੱਤੇ ਹੀ ਪਰਚੇ, ਤੇ 250 ਬੰਦਿਆਂ ਨੂੰ ਤੁਸੀਂ ਪਿੰਡ 'ਚ ਵਾੜ ਦਿਓ, ਸਾਡੀ ਜਿਹੜੀ ਪਬਲਿਕ ਸੀਗੀ ਉਹਨੂੰ ਦੋਨੋਂ ਪਾਸੇ ਗੇਟ ਲੌਕ ਕਰਕੇ ਪੁਲਿਸ ਉਹਨਾਂ ਨੂੰ ਗਾਰਡ ਕਰੀ, ਉਹ ਬਾਹਰ ਨਾ ਨਿਕਲ ਸਕਣ, ਮੈਨੂੰ ਕਹਿ ਦੇਣ ਕਿ ਸਾਰੇ ਪਿੰਡ ਦੀ ਐਂਟਰੀ ਬੰਦ ਹੋ ਗਈ, ਤੁਸੀਂ ਪਿੰਡ ਦੇ ਵਿੱਚ ਜਾਓ ਨਾ, ਪ੍ਰਸ਼ਾਸਨ ਇਸ ਹੱਥ ਤੇ ਨਿਕਲ ਆਈ ਹੈ। ਤੁਹਾਨੂੰ ਸਪਾਂਸਰ ਪ੍ਰੋਟੈਸਟ ਲੱਗਦੇ ਸਾਰੇ? ਸਾਰੇ ਸਪਾਂਸਰ ਪ੍ਰੋਟੈਸਟ ਨੇ, ਮੈਂ ਤਾਂ 10 ਸਾਲ ਪਿੰਡ ਪਿੰਡ ਫਿਰਦੀ ਰਹੀ ਹਾਂ, ਉੱਥੇ ਕਿੱਥੇ ਸੀਗਾ ਪ੍ਰੋਟੈਸਟ? ਹੁਣ ਇਹ ਗੁੰਡਿਆਂ ਦੇ ਆਉਣ ਦੇ ਨਾਲ, ਜਿਵੇਂ ਬਠਿੰਡੇ 'ਚ ਜਿਹੜੇ ਉਹ ਪਰਿਵਾਰਕ ਗੁੰਡਾ ਟੈਕਸ ਚੱਲ ਰਿਹਾ ਹੈਗਾ, ਪਰਿਵਾਰਕ ਮੈਂਬਰ ਛੱਡਦੇ ਨੇ, ਜਿਹੜੇ ਹਰੇਕ 'ਚ ਕਬਜ਼ਾ ਪੈਸਾ ਸਭ ਕੁਛ ਹੀ ਉੱਥੇ ਚੱਲ ਰਿਹਾ, ਉਹੀ ਵੱਡਾ ਗੁੰਡਾ ਹੁਣ ਇੱਕ ਹੋਰ ਭੇਜਦਾ ਬਾਕੀ ਇਲਾਕੇ ਵਾਸਤੇ। ਹਰਸਿਮਰ ਜੀ, ਜਿਹੜੇ ਤੁਸੀਂ ਆਪਦੇ ਕੰਮ ਗਿਣਾਏ ਹੈਗੇ ਆ, ਇੱਕ ਸਵਾਲ ਇਹ ਹੈਗਾ ਕਿ ਬਠਿੰਡਾ ਸ਼ਹਿਰ ਹੈ, ਉਹਦੀ ਨਹਾਰ ਬਦਲੀ ਗਈ ਹੈ, ਪਿੰਡਾਂ ਦੇ ਵਿੱਚ ਉਸ ਤਰੀਕੇ ਨਾਲ ਗੱਲ ਨਹੀਂ ਪਹੁੰਚੀ ਗਈ? ਤੁਸੀਂ ਪਿੰਡਾਂ ਦੇ ਜਿੰਨਾ ਵੀ ਪਿੰਡ, ਇੱਕ ਪਿੰਡ ਜਿਹੜਾ ਮੈਂ ਅਗਲੇ ਜਾ ਰਹੀ ਹਾਂ, 11 ਕਰੋੜ ਦੀ ਗ੍ਰਾਂਟ ਗਈ ਹੈ, ਕੋਈ ਪਿੰਡ ਇਹੋ ਜਿਹਾ ਨਹੀਂ ਜਿੱਥੇ ਕਰੋੜਾਂ ਦੀ ਗ੍ਰਾਂਟ ਮੈਂ ਖੁਦ ਜਾ ਕੇ ਨਾ ਵੰਡੀ ਹੋਏ, ਭਾਵੇਂ ਕਿਸੇ ਪਿੰਡ 'ਚ ਵਾਟਰ ਵਰਕਸ, ਬਿਜਲੀ ਦਾ ਗ੍ਰਿਡ, ਖਾਲ, ਅੰਡਰਗਰਾਊਂਡ ਪਾਈਪਾਂ, ਸਕੂਲਾਂ ਦੇ ਕਮਰੇ, ਗਲੀਆਂ, ਨਾਲੀਆਂ, ਧਰਮਸ਼ਾਲਾ, ਨਿਕਾਸੀ, ਮਤਲਬ ਕਰੋੜਾਂ ਹਰੇਕ ਪਿੰਡ 'ਚ। ਸੋ ਇਹ ਤਾਂ ਤੁਸੀਂ ਮੇਰੇ ਦੁਸ਼ਮਣਾਂ ਨੂੰ ਜਾ ਕੇ ਪੁੱਛ ਲਓ, ਉਹ ਵੀ ਕਹਿਣਗੇ ਇੰਨੇ ਕੰਮ ਨਹੀਂ ਹੋਏ ਜਿੰਨੇ 70 ਸਾਲ 'ਚ ਨਹੀਂ ਹੋਏ, ਉਹ 10 ਸਾਲਾਂ 'ਚ ਹੋ। ਸੋ ਕੰਮਾਂ ਦੀ ਗੱਲ ਤੁਸੀਂ ਨਾ, ਇਹ ਤਾਂ ਭੰਡੀ ਪ੍ਰਚਾਰ ਕਰਨ ਵਾਲੇ ਜਿਹੜੇ ਆਏ ਨੇ, ਉਹ ਜਿੰਨਾ ਭੰਡ ਲੈਣ ਉਹਨਾਂ ਨੂੰ ਮੁਬਾਰਕ ਹੋਏ ਮੇਰੇ ਕੰਮ ਤੋਂ ਬੋਲਦੇ। ਹਰਸਿੰਘ ਬਾਦਲ ਦਾ ਹੁਣ ਟੀਚਾ ਕੀ ਹੈਗਾ ਕਿ ਬਠਿੰਡੇ ਨੂੰ ਕੀ ਲੈ ਕੇ ਦੇਣਾ ਜੇ ਹਰਸਿੰਘ ਬਾਦਲ ਇੱਥੋਂ ਜਿੱਤਦੇ ਆ ਤਾਂ? ਮੇਰਾ ਟੀਚਾ ਹਮੇਸ਼ਾ ਇੱਕੋ ਹੀ ਰਿਹਾ ਹੈਗਾ, ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨਾ, ਇਸ ਇਲਾਕੇ ਦੀ ਤਰੱਕੀ ਕਰਨ ਵਾਸਤੇ ਜੋ ਕੁਛ ਕਰਨ ਦੀ ਲੋੜ ਹੈ ਉਹ ਕਰਾਂਗੀ। ਹੁਣ ਮੇਰਾ ਸਭ ਤੋਂ ਪਹਿਲਾ ਨਿਸ਼ਾਨਾ ਹੈ ਕਿ ਰੋਜ਼ਗਾਰ ਦੇ ਸਾਧਨ ਪੈਦਾ ਕਰਨਾ, ਕਿਉਂਕਿ ਇਹ ਝੂਠੀ ਸਰਕਾਰ ਨੇ ਘਰ 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 ਨੌਕਰੀਆਂ ਦੇ ਫਾਰਮ ਵੀ ਭਰਾ ਲਏ, ਇੱਕ ਨੌਕਰੀ ਸਾਰੇ ਪੰਜਾਬ 'ਚ ਕਿਸੇ ਨੂੰ ਨਹੀਂ ਮਿਲੀ, ਬੇਰੋਜ਼ਗਾਰੀ ਭੱਤਾ ਦਾ ਝੂਠਾ ਵਾਅਦਾ ਕਰਕੇ ਕਿਸੇ ਨੂੰ ਬੇਰੋਜ਼ਗਾਰੀ ਪਤਾ ਨਹੀਂ, ਨਾ ਹੀ ਉਹ ਮੋਬਾਈਲ ਫੋਨ ਦਾ ਲਾਲਚ, ਨਾ ਮੋਬਾਈਲ ਫੋਨ। ਸੋ ਇਹਨਾਂ ਨੇ ਤਾਂ ਕੱਖ ਦੇਣਾ ਨਹੀਂ, ਲੇਕਿਨ ਇਹ ਬੱਚਿਆਂ ਨੂੰ ਰੋਜ਼ਗਾਰ ਦੀ ਬਹੁਤ ਸਖਤ ਲੋੜ ਹੈ, ਜਿਹਦੇ ਕਰਕੇ ਏਮਜ਼ ਵਰਗੇ ਹਸਪਤਾਲ 'ਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ
ਕੱਲੇ ਡਾਕਟਰ ਨਰਸ ਨਹੀਂ, ਕਿੰਨੇ ਹੋਰ ਰੋਜ਼ਗਾਰ ਲੱਗਦੇ ਨੇ, ਹੈਲਪਰ, ਮਾਲੀ, ਐਂਬੂਲੈਂਸ ਡਰਾਈਵਰ, ਕੰਪਿਊਟਰ ਓਪਰੇਟਰ, ਕਿੰਨੇ ਲੱਗਦੇ ਨੇ, ਮਕੈਨਿਕ ਇੰਜੀਨੀਅਰ, ਉਹ ਤਾਂ ਰੋਜ਼। ਪਰ ਇਸ ਤਰ੍ਹਾਂ ਦੀ ਹੋਰ ਚੀਜ਼ਾਂ ਹਨ ਜਿਹਦੇ ਨਾਲ ਹੋਰ ਰੋਜ਼ਗਾਰ ਪੈਦਾ ਹੋਏ, ਇਹ ਇੱਕ ਨੰਬਰ ਦਾ ਆ ਨਿਸ਼ਾਨਾ। ਬਾਕੀ ਇਸ ਇਲਾਕੇ ਦੀ ਤਰੱਕੀ ਵਿਕਾਸ ਵਾਸਤੇ ਜੋ ਕੁਛ ਹੋਰ ਚਾਹੀਦਾ ਹੋਗਾ ਉਹ ਸਾਰੇ ਉਪਰਾਲੇ ਕੀਤੇ ਜਾਣਗੇ। ਥਰਮਲ ਪਲਾਂਟ ਬਾਰੇ ਕੀ ਸੋਚ ਰਹੇ ਹੋ? ਜਿਹੜੀ ਜਮਣੀ ਬੰਦ ਹੋ ਗਈ। ਬਿਲਕੁਲ, ਦੇਖੋ ਕਿੰਨੀ ਸ਼ਰਮ ਦੀ ਗੱਲ ਕਿ ਵਿੱਤ ਮੰਤਰੀ ਸਾਹਿਬ ਦਾ ਇਲਾਕਾ ਹੋਏ, ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ, ਗੁਰੂ ਨਾਨਕ ਪਾਤਸ਼ਾਹ ਦੇ ਨਾਂ 'ਚ ਬਣਿਆ ਹੋਇਆ ਥਰਮਲ ਪਲਾਂਟ, ਜਿਹਦੇ ਕਰਕੇ ਬਠਿੰਡਾ ਸ਼ਹਿਰ ਵਸਿਆ। ਅੱਜ 550 ਸਾਲਾਂ ਦੀ ਸ਼ਤਾਬਦੀ ਜਦ ਅਸੀਂ ਮਨਾ ਰਹੇ ਹਾਂ, ਜਿਨ੍ਹਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਥਰਮਲ ਬੰਦ ਨਹੀਂ ਹੋਗਾ, ਜਿਸ ਥਰਮਲ ਵਾਸਤੇ 500 ਕਰੋੜ ਮੈਂ ਖੁਦ ਕੇਂਦਰ ਤੋਂ ਲੈ ਕੇ ਆਈ ਤਾਂ ਕਿ ਇਹਦੀ ਅਪਗ੍ਰੇਡੇਸ਼ਨ ਹੋ ਕੇ ਇਹ ਥਰਮਲ ਚੱਲੇ, ਉਹਦਾ 30 ਤਰੀਕ ਨੂੰ ਟੈਂਡਰ ਕੱਢਿਆ ਹੋਇਆ ਉਹਦੀ ਡੈਮੋਲੇਸ਼ਨ ਵਾਸਤੇ, ਤਾਂ ਕਿ ਜ਼ਮੀਨ ਵੇਚ ਕੇ ਪੈਸੇ ਖਾ ਜਾਣ। ਸੋ ਇਹੀ ਹੈ ਕਾਂਗਰਸ ਕਿ ਬੋਲਦੀ ਕੀ ਹੈ ਤਾਂ ਕਰਦੀ ਕੀ ਹੈ। ਐਂਡ ਵਿੱਤ ਮੰਤਰੀ ਦੇ ਖੁਦ ਦੇ ਇਲਾਕੇ ਜਿਹੜਾ ਕਹਿੰਦਾ ਸੀ 60 ਮਹੀਨਿਆਂ 'ਚ 60 ਇੰਡਸਟਰੀ ਲੈ ਕੇ, ਜਹਾਜ਼ਾਂ ਦੀ ਇੰਡਸਟਰੀ ਆਊਗੀ ਬਠਿੰਡੇ 'ਚ, ਇਹ ਝੂਠ ਵੀ ਮਾਰਦੇ ਨੇ ਤਾਂ ਪਤਾ ਨਹੀਂ ਇੰਨੀ ਵੱਡੀ ਗੱਪ ਛੱਡ ਕੇ ਲੋਕ ਇਹਨਾਂ ਦੇ ਮਗਰ ਲੱਗ ਕਿਵੇਂ ਜਾਂਦੇ ਨੇ। ਇੱਕ ਫਿਊਚਰ ਦਾ ਸਵਾਲ ਹੈ ਹਰਸਿਮਰਤ ਜੀ, ਮੰਨ ਲਓ ਜੇ ਤੁਸੀਂ ਜਿੱਤ ਗਏ, ਸੁਖਬੀਰ ਬਾਦਲ ਜੀ ਵੀ ਜਿੱਤ ਗਏ, 2 ਕੈਬਨਿਟ ਰੈਂਕ ਤਾਂ ਮਿਲਣਗੇ ਮੋਦੀ ਸਾਹਿਬ ਕੋਲੋਂ, ਇੱਕ ਮਿਲੂਗਾ ਅਤੇ ਉਹਨਾਂ ਨੇ ਕਹਿਣਾ ਡਿਸਾਈਡ ਕਰ ਲਓ ਦੋਨਾਂ 'ਚ, ਫਿਰ ਕੌਣ ਜਾਊਗਾ? ਪਹਿਲੀ ਗੱਲ ਤਾਂ ਮੈਂ ਤਾਂ ਉਮੀਦ ਕਰਦੀ ਹਾਂ ਇੱਕ ਕੀ 5-6 ਮਿਲਣ, ਕਿਉਂਕਿ 13 ਸੀਟਾਂ ਹੋਣਗੀਆਂ। ਦੂਜੀ ਗੱਲ ਜਿੱਥੇ ਸੁਖਬੀਰ ਜੀ, ਤਾਂ ਮੇਰੀ ਗੱਲ ਹੈ, ਇਟ ਇਜ਼ ਬਿਲਕੁਲ ਸਾਫ਼ ਗੱਲ ਹੈ ਕਿ ਪਾਰਟੀ ਦੇ ਪ੍ਰਧਾਨ ਨੇ ਅਤੇ ਉਹਨਾਂ ਨੂੰ ਬਣਨਾ ਚਾਹੀਦਾ, ਤਾਂ ਮੈਂ ਵੀ ਚਾਹੁੰਦੀ ਹਾਂ ਕਿ ਉਹ ਬਣਨ। ਬਾਕੀ ਸਰਕਾਰ ਜਦ ਬਣਦੀ ਹੈ ਉਹਦੇ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ, ਇਹ ਤਾਂ ਸਾਰੀ ਭਵਿੱਖਬਾਣੀ ਹੈਗੀ ਨਾ। ਸੋ ਅਜੇ ਤਾਂ ਹੁਣ ਦੀ ਗੱਲ ਕਰੋ ਕਿ 13 ਦੀ 13 ਸੀਟਾਂ ਆਪਾਂ ਜਿੱਤ ਕੇ ਕਾਂਗਰਸ ਦੀ ਜ਼ਮਾਨਤ ਜ਼ਬਤ ਕਰਕੇ ਰਾਜੇ ਦੀ ਰਾਣੀ ਨੂੰ ਹਰਾ ਕੇ ਰਾਜੇ ਨੂੰ ਕੁਰਸੀ ਤੋਂ ਕਿਵੇਂ ਲਾ ਕੇ ਆਪਣੀ ਸਰਕਾਰ ਬਣਾ ਰਹੇ ਹਾਂ, ਕਿਉਂਕਿ ਰਾਜਾ ਸਾਹਿਬ ਨੇ ਬਹੁਤ ਵਧੀਆ ਕਹਿਤਾ ਕਿ ਜਿਹੜੇ ਮੰਤਰੀ ਦੇ ਇਲਾਕੇ ਤੋਂ ਕਾਂਗਰਸ ਹਾਰੂਗੀ ਉਹਦੀ ਕੁਰਸੀ ਜਾਊਗੀ। ਰਾਣੀ ਹਾਰ ਰਹੀ ਹੈ, ਕਾਂਗਰਸ ਦਾ ਪ੍ਰਧਾਨ ਹਾਰ ਰਿਹਾ ਹੈ, ਕੈਪਟਨ ਦੀ ਰਾਣੀ ਹਾਰ ਰਹੀ ਹੈ, ਤੇ ਰਾਜੇ ਦੀ ਕੁਰਸੀ ਵੀ ਜਾ ਰਹੀ ਹੈ। ਕਿਹੜੇ ਰਾਜੇ ਦਾ ਤੁਹਾਨੂੰ ਖਤਰਾ ਮਹਿਸੂਸ ਹੁੰਦਾ, ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਕੈਪਟਨ ਸਿੰਘ? ਇਹ ਦੱਸ ਦੋ ਕਿ ਕਿਹੜਾ ਵੱਡਾ ਫੇਲਿਅਰ ਹੈ, ਇਹ ਦਾ ਸਵਾਲ ਸੋਚਣਾ ਪਊਗਾ, ਪਰ ਦੋਨੋਂ ਫੇਲ ਨੇ। ਚਲੋ, ਬਹੁਤ ਧੰਨਵਾਦ। ਹਰਸਿਮਰਤ ਕੌਰ ਬਾਦਲ ਸਾਡੇ ਨਾਲ ਸੀਗੇ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ, ਮੌਜੂਦਾ ਮੈਂਬਰ ਪਾਰਲੀਮੈਂਟ ਬਠਿੰਡਾ ਲੋਕ ਸਭਾ ਹਲਕਾ ਤੋਂ। ਇਹਨਾਂ ਤੋਂ ਬਹੁਤ ਅਸੀਂ ਸਵਾਲ ਕੀਤੇ ਹੈਗੇ, ਕਈ ਸਵਾਲਾਂ ਤੋਂ ਉਹਨਾਂ ਨੇ ਜਵਾਬ ਦੇਣ 'ਤੇ ਗਰੇਜ ਵੀ ਕੀਤਾ ਹੈਗਾ, ਪਰ ਜਿਹੜੇ ਸਵਾਲ ਬਣਦੇ ਸੀਗੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਘੱਟ ਸਮੇਂ ਦੇ ਵਿੱਚ ਉਹਨਾਂ ਦਾ ਵਕਤ ਲਿਆ ਜਾ ਸਕੇ। ਵਕਤ ਹਾਲਾਂਕਿ ਘੱਟ ਹੁੰਦਾ ਜਦੋਂ ਇਹ ਚੋਣ ਪ੍ਰਚਾਰ ਕਰਦੇ ਹੈ, ਪਰ ਵਕਤ ਮਿਲਿਆ ਹੈਗਾ। ਬਠਿੰਡੇ ਦੇ ਲੋਕ ਇਹਨਾਂ ਨੂੰ ਕਿੰਨਾ ਵਕਤ ਦਿੰਦੇ ਹੈਗੇ ਆ, ਸਵਾਲ ਇਹ ਵੀ ਹੈਗਾ, ਅਤੇ ਬਠਿੰਡੇ ਵਿੱਚ ਇਹ ਲੋਕਾਂ ਨੂੰ ਵਕਤ ਕਿੰਨਾ ਦੇ ਪਾਏ ਆ ਪਿਛਲੇ 5 ਸਾਲਾਂ ਦੇ ਵਿੱਚ, ਸਵਾਲ ਉਸ 'ਤੇ ਵੀ ਹੈਗਾ। ਅਗਲੇ ਨੇਤਾ ਨਾਲ ਕਿਸੇ ਨਾਲ ਹੋਰ ਨਾਲ ਮੁਲਾਕਾਤ ਹੋਵੇਗੀ, ਕਿਸੇ ਹੋਰ ਆਗੂ ਨਾਲ ਮੁਲਾਕਾਤ ਹੋਵੇਗੀ, ਅੱਜ ਲਈ ਨਹੀਂ। ਧੰਨਵਾਦ।